ਭਾਜਪਾ ਉਮੀਦਵਾਰ ਪਰਨੀਤ ਕੌਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਪਟਿਆਲਾ ਆ ਰਹੇ ਹਨ। ਉਹਨਾਂ ਦੇ ਪੁੱਜਣ ਤੋਂ ਪਹਿਲਾਂ ਹੀ ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਤੇ ਖਾਲਿਸਤਾਨ ਦਾ ਝੰਡਾ ਲਗਾ ਦਿੱਤਾ ਗਿਆ ਸੀ ਤੇ ਪੁਲ ਤੇ ਖਾਲਿਸਤਾਨੀ ਨਾਅਰੇ ਵੀ ਲਿਖੇ ਹੋਏ ਸੀ। ਸੋ ਪਟਿਆਲਾ ਪੁਲਿਸ ਦੇ ਵੱਲੋਂ ਖਾਲਿਸਤਾਨੀ ਨਾਅਰਿਆਂ ਨੂੰ ਮਿਟਾਇਆ ਗਿਆ ਹੈ। ਸੋ ਭਾਜਪਾ ਉਮੀਦਵਾਰ ਪਰਨੀਤ ਕੌਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਹੈ, ਜਿੱਥੇ ਕਿ ਚੋਣ ਪ੍ਰਚਾਰ ਕਰਨ ਦੇ ਲਈ ਪਟਿਆਲਾ ਆ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਿੱਥੇ ਕਿ ਪੁਰਾਣੇ ਬੱਸ ਸਟੈਂਡ ਤੇ ਖਾਲਿਸਤਾਨੀ ਝੰਡੇ ਲਗਾਏ ਗਏ ਸਨ ਤੇ ਪੁੱਲ ਤੇ ਖਾਲਿਸਤਾਨੀ ਨਾਅਰਿਆਂ ਨੂੰ ਵੀ ਲਿਖਿਆ ਗਿਆ ਸੀ। ਸੋ ਫਿਲਹਾਲ ਪੁਲਿਸ ਦੇ ਵੱਲੋਂ ਉਹਨਾਂ ਨਾਅਰਿਆਂ ਨੂੰ ਮਿਟਾ ਦਿੱਤਾ ਗਿਆ। ਭਾਜਪਾ ਉਮੀਦਵਾਰ ਪਰਨੀਤ ਕੌਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਹੋਣਾ ਹੈ, ਜਿੱਥੇ ਕਿ ਨਰਿੰਦਰ ਮੋਦੀ ਦੇ ਵੱਲੋਂ ਕੱਲ੍ਹ ਪਟਿਆਲਾ ਦੇ ਵਿੱਚ ਰੋਡ ਸ਼ੋਅ ਕੱਢਿਆ ਜਾਣਾ ਤੇ ਪਰਨੀਤ ਕੌਰ ਦੇ ਲਈ ਚੋਣ ਪ੍ਰਚਾਰ ਕੀਤਾ ਜਾਣਾ ਤੇ ਉਸ ਤੋਂ ਪਹਿਲਾਂ ਹੀ ਪੁਰਾਣੇ ਬੱਸ ਸਟੈਂਡ ਤੇ ਖਾਲਿਸਤਾਨੀ ਝੰਡੇ ਲਗਾਏ ਗਏ ਤੇ ਪੁੱਲ ਤੇ ਖਾਲਿਸਤਾਨੀ ਨਾਅਰੇ ਵੀ ਲਿਖੇ ਗਏ, ਜਿੱਥੇ ਕਿ ਪੁਲਿਸ ਦੇ ਵੱਲੋਂ ਮੁਸਤੈਦੀ ਦਿਖਾਉਂਦੇ ਹੋਏ ਇਹਨਾਂ ਨਾਅਰਿਆਂ ਨੂੰ ਮਿਟਾ ਦਿੱਤਾ ਗਿਆ। ਸੋ ਪਟਿਆਲਾ ਦੇ ਵਿੱਚ ਭਾਜਪਾ ਉਮੀਦਵਾਰ ਪਰਨੀਤ ਕੌਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਹੋਣਾ ਹੈ ਤੇ ਲਗਾਤਾਰ ਚੋਣ ਪ੍ਰਚਾਰ ਕੀਤਾ ਵੀ ਜਾ ਰਿਹਾ ਤੇ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲਾ ਪਹੁੰਚਣਗੇ। ਸੋ ਦੋ ਦਿਨਾਂ ਦੇ ਦੌਰੇ ਤੇ ਨੇ ਭਗਵਾਨ ਪ੍ਰਧਾਨ ਮੰਤਰੀ। ਪੁੱਲ ਤੇ ਨਾਅਰੇ ਲਿਖੇ ਗਏ ਖਾਲਿਸਤਾਨੀ ਨਾਅਰੇ ਅਤੇ ਪੁਰਾਣੇ ਬੱਸ ਸਟੈਂਡ ਤੇ ਖਾਲਿਸਤਾਨੀ ਝੰਡੇ ਵੀ ਲਗਾਏ ਗਏ। ਸੋ ਫਿਲਹਾਲ ਇਹਨਾਂ ਝੰਡਿਆਂ ਨੂੰ ਹਟਾ ਦਿੱਤਾ ਗਿਆ ਹੈ ਤੇ ਪੁੱਲ ਤੇ ਲਿਖੇ ਹੋਏ ਨਾਅਰਿਆਂ ਨੂੰ ਵੀ ਪੁਲਿਸ ਦੇ ਵੱਲੋਂ ਮਿਟਾ ਦਿੱਤਾ ਗਿਆ। ਸੋ ਕੱਲ੍ਹ ਪਟਿਆਲਾ ਆ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਿੱਥੇ ਕਿ ਸੁਰੱਖਿਆ ਦੇ ਵੀ ਕੜੇ ਇੰਤਜ਼ਾਮ ਕੀਤੇ ਗਏ ਨੇ। ਸੋ ਇਸੇ ਹੀ ਇੰਤਜ਼ਾਮਾਂ ਦੇ ਚੱਲਦੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮੁਸਤੈਦੀ ਵਿਖਾਈ ਗਈ, ਇਹਨਾਂ ਝੰਡਿਆਂ ਨੂੰ ਹਟਾਇਆ ਗਿਆ ਤੇ ਨਾਅਰਿਆਂ ਨੂੰ ਵੀ ਮਿਟਾ ਦਿੱਤਾ ਗਿਆ। ਭਾਜਪਾ ਉਮੀਦਵਾਰ ਪਰਨੀਤ ਕੌਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਪਟਿਆਲਾ ਆ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਦੋ ਦਿਨਾਂ ਦੇ ਦੌਰੇ ਤੇ ਆ ਰਹੇ ਨੇ ਪਟਿਆਲਾ। ਸੋ ਅਵਿਨਾਸ਼ ਕੰਬੋਜ ਸਾਡੇ ਨਾਲ ਜੁੜ ਚੁੱਕੇ ਵਧੇਰੇ ਜਾਣਕਾਰੀ ਦੇ ਲਈ। ਸੋ ਅਵਿਨਾਸ਼, ਪਟਿਆਲਾ ਪੁਲਿਸ ਜਿਹੜੀ ਕਿ ਸਖ਼ਤ ਇੰਤਜ਼ਾਮ ਤਾਂ ਕੀਤੇ ਹੋਏ ਨੇ, ਪਰ ਫਿਰ ਵੀ ਜਿਹੜਾ ਕਿ ਇੱਕ ਖਾਲਿਸਤਾਨੀ ਨਾਅਰੇ ਲਿਖੇ ਗਏ, ਖਾਲਿਸਤਾਨੀ ਝੰਡੇ ਲਗਾਏ ਗਏ, ਕੀ ਕੁਝ ਜਾਣਕਾਰੀ ਹੋਰ ਤੁਹਾਡੇ ਕੋਲ, ਕਿਹਨਾਂ ਦੇ ਵੱਲੋਂ ਕੀਤਾ ਗਿਆ ਹੈ? ਜੀ, ਗੱਲ ਕਰੀਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜਾ ਕੱਲ੍ਹ ਪਟਿਆਲਾ ਦੇ ਵਿੱਚ ਜਿਹੜਾ ਹੈ ਉਮੀਦਵਾਰ ਪਟਿਆਲਾ ਤੋਂ ਬੀਜੇਪੀ ਦੇ ਪਰਨੀਤ ਕੌਰ ਦੇ ਹੱਕ ਦੇ ਵਿੱਚ ਪ੍ਰਚਾਰ ਜਿਹੜੀ ਰੈਲੀ ਰੱਖੀ ਗਈ ਉਹਦੇ ਵਿੱਚ ਸ਼ਿਰਕਤ ਕਰਨ ਲਈ ਆ ਰਹੇ ਹਾਂ। ਲੇਕਿਨ ਅੱਜ ਸਵੇਰੇ ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਦੇ ਜਿਹੜਾ ਓਵਰ ਬ੍ਰਿਜ ਪੁੱਲ ਹੈ ਉੱਥੇ ਜਿਹੜਾ ਖਾਲਿਸਤਾਨ ਜ਼ਿੰਦਾਬਾਦ ਦੇ ਜਿਹੜਾ ਨਾਅਰੇ ਹੈ ਉਹ ਲਿਖੇ ਗਏ ਸੀ ਕਾਲੀ ਸ਼ਾਹੀ ਦੇ ਨਾਲ, ਤੇ ਇੱਕ ਖਾਲਿਸਤਾਨ ਦਾ ਜਿਹੜਾ ਝੰਡਾ ਹੈ ਉਹ ਵੀ ਉੱਥੇ ਜਿਹੜਾ ਹੈ ਰੱਖਿਆ ਗਿਆ ਸੀ। ਤੇ ਕਿਤੇ ਨਾ ਕਿਤੇ ਇਸ ਚੀਜ਼ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਮੌਕੇ ਤੇ ਜਾ ਕੇ ਜਿਹੜਾ ਹੈ ਉੱਥੇ ਖਾਲਿਸਤਾਨ ਲਿਖਿਆ ਸੀ ਉੱਥੇ ਜਿਹੜਾ ਕਾਲੀ ਸ਼ਾਹੀ ਲਾ ਕੇ ਉਹ ਮਿਟੇਣ ਦੀ ਕੋਸ਼ਿਸ਼ ਕੀਤੀ ਗਈ ਤੇ ਪੁਲਿਸ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਵੀ ਇਹ ਕਿਹੜੇ ਸ਼ਖਸ ਵੱਲੋਂ ਇੱਥੇ ਲਿਖਿਆ ਗਿਆ। ਜੀ, ਸੋ ਕੱਲ੍ਹ ਜਿਵੇਂ ਕਿ ਪ੍ਰਧਾਨ ਮੰਤਰੀ ਇੱਥੇ ਪਹੁੰਚ ਰਹੇ ਨੇ, ਸੋ ਪਹਿਲਾਂ ਵੀ ਉਹਨਾਂ ਦੀ ਜਿਹੜੀ ਕਿ ਸੁਰੱਖਿਆ ਦੇ ਵਿੱਚ ਜਿਹੜੀ ਕਿ ਸੇਂਧ ਲੱਗੀ ਸੀ ਤੇ ਰੈਲੀ ਰੱਦ ਕਰ ਦਿੱਤੀ ਗਈ ਸੀ, ਸੋ ਹੋਰ ਕਿਹੜੇ ਜਿਹੜੇ ਕਿ ਇੰਤਜ਼ਾਮ ਕੀਤੇ ਗਏ ਨੇ, ਕਿਉਂਕਿ ਕੱਲ੍ਹ ਨਰਿੰਦਰ ਮੋਦੀ ਇੱਥੇ ਪਹੁੰਚ ਰਹੇ ਨੇ ਤੇ ਅੱਜ ਇਹ ਸਭ ਜਿਹੜਾ ਕਿ ਦੇਖਣ ਨੂੰ ਮਿਲਿਆ, ਹੋਰ ਕੀ ਇੰਤਜ਼ਾਮ ਨੇ? ਜੀ, ਗੱਲ ਕਰੀਏ ਪ੍ਰਸ਼ਾਸਨ ਦੇ ਵੱਲੋਂ ਇੰਤਜ਼ਾਮਾਂ ਦੀ ਤਾਂ ਭਾਰੀ ਪੁਲਿਸ ਬਲ ਜਿਹੜਾ ਪਟਿਆਲਾ ਦੇ ਪੋਲੋ ਗਰਾਊਂਡ ਯਾਦਵਿੰਦਰਾ ਸਟੇਡੀਅਮ ਹੈਗਾ ਉੱਥੇ ਭਾਰੀ ਪੁਲਿਸ ਬਲ ਜਿਹੜਾ ਤੈਨਾਤ ਕੀਤਾ ਗਿਆ, ਕਿਉਂਕਿ ਇੱਕ ਪਾਸੇ ਕਿਸਾਨ ਜਥੇਬੰਦੀਆਂ ਵੱਲੋਂ ਵੀ ਵਿਰੋਧ ਪ੍ਰਦਰਸ਼ਨ ਦਾ ਜਿਹੜਾ ਐਲਾਨ ਕੀਤਾ ਗਿਆ ਸੀ, ਜਿਹਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਹੈ ਪੂਰੀ ਚੌਕਸੀ ਵਧਾ ਦਿੱਤੀ ਗਈ ਤੇ ਭਾਰੀ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ ਤੇ ਉੱਥੇ ਜਿਹੜੀ ਸਥਿਤੀ ਦੀ ਜਿਹੜਾ ਜਾਇਜ਼ਾ ਹੈ ਸੁਰੱਖਿਆ ਦੇ ਮੱਦੇਨਜ਼ਰ ਡੀਜੀਪੀ ਪੰਜਾਬ ਖੁਦ ਮੌਕੇ ਤੇ ਪਹੁੰਚੇ ਤੇ ਇਸ ਪੂਰੀ ਮਾਮਲੇ ਦੀ ਜਿਹੜੀ ਹੈ
ਉਹ ਪੂਰੀ ਸਥਿਤੀ ਚੈੱਕ ਕਰ ਰਹੇ ਹੈ ਕਿ ਕਿਸੇ ਵੀ ਪ੍ਰਕਾਰ ਦੀ ਕੋਤਾਹੀ ਨਾ ਹੋਵੇ। ਸੁਰੱਖਿਆ ਨੂੰ ਲੈ ਕੇ ਜਿਹੜੇ ਇੰਤਜ਼ਾਮ ਨੇ ਉਹ ਪੁਖਤਾ ਕੀਤੇ ਜਾ ਰਹੇ ਹੈ। ਪਟਿਆਲਾ ਦੇ SSP ਡਿਪਟੀ ਕਮਿਸ਼ਨਰ ਖੁਦ ਉਹ ਲੋਕੇਸ਼ਨ ਜਿਹੜੀ ਹੈ ਪਟਿਆਲਾ ਦੇ ਪੋਲੋ ਗਰਾਊਂਡ ਜਿੱਥੇ ਰੈਲੀ ਹੋਣ ਜਾ ਰਹੀ ਹੈ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਣੇ ਆ ਉੱਥੇ, ਤੇ ਉਸ ਨੂੰ ਲੈ ਕੇ ਕਈ ਵੱਡੇ ਲੀਡਰ ਵੀ ਬੀਜੇਪੀ ਦੇ ਉੱਥੇ ਸ਼ਿਰਕਤ ਕਰਨਗੇ, ਜਿਸ ਨੂੰ ਲੈ ਕੇ ਸੁਰੱਖਿਆ ਦੇ ਕੜੇ ਇੰਤਜ਼ਾਮ ਕਰ ਦਿੱਤੇ ਗਏ ਨੇ। ਜੀ 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 ਕਵਿਲਾਸ਼ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਤਮਾਮ ਜਾਣਕਾਰੀ ਦਿੱਤੀ।